20 ਅਗਸਤ 2020 ਨੂੰ ਇਹ ਵੀਡੀਓ ਰਿਕਾਰਡ ਕਰ ਰਿਹਾ ਹਾਂ ਤੇ ਇਸ ਸਮੇਂ ਜਿਹੜੇ ਪੰਜਾਬ ਦੇ ਹਾਲਾਤ ਬਣੇ ਹੋਏ ਐ ਕੁਝ ਇਲਾਕੇ ਦੇ ਵਿੱਚ ਵਰਖਾ ਹੋ ਰਹੀ ਐ ਅਰਬ ਸਾਗਰ ਤੋਂ ਜਿਹੜੀਆਂ ਹਵਾਵਾਂ ਆ ਰਹੀਆਂ ਨਮ ਉਹਦੇ ਕਰਕੇ ਹਵਾ ਦੇ ਵਿੱਚ ਨਮੀ ਵਧੀ ਹੋਈ ਐ ਤਾਪਮਾਨ 28 ਤੋਂ 32 ਡਿਗਰੀ ਦੇ ਵਿਚਾਲੇ ਐ ਤੇ ਨਮੀ ਵਧੀ ਹੋਣ ਕਰਕੇ ਹਮਸ ਜੀ ਜਿਹੜੀ ਕਾਫੀ ਹੋਈ ਪਈ ਐ ਇਹਦੇ ਕਰਕੇ ਖੇਤਾਂ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਤਾਂ ਕੁਝ ਜਗ੍ਹਾ ਤੇ ਮੁੱਢਾਂ ਦੇ ਉੱਤੇ ਕਾਡੀਆਂ ਵਾਲੇ ਸੱਪਾਂ ਵਰਗੇ ਨਿਸ਼ਾਨ ਪੈ ਗਏ ਐ ਜਿਹੜੀ ਕਿ ਸ਼ੀਥ ਬ্লাইਟ ਦੀ ਸ਼ੁਰੂਆਤ ਹੈ ਸ਼ੀਥ ਬ্লাইਟ ਵਰਖਾ ਦੇ ਨਾਲ ਹੋਰ ਫੈਲਦੀ ਹੈ ਤੇ ਇਹਦੇ ਬਾਰੇ ਕਿਸ ਤਰੀਕੇ ਨਾਲ ਆਪਾਂ ਕੰਟਰੋਲ ਕਰਨਾ ਮੈਂ ਇਹ ਤੇ ਲੱਛਣ ਇਹ ਦੋ ਗੱਲਾਂ ਇਸ ਵੀਡੀਓ ਦੇ ਵਿੱਚ ਕਰਾਂਗਾ ਬਾਕੀ ਡਿਟੇਲ ਇਸ ਤੋਂ ਪਹਿਲੀ ਵੀਡੀਓ ਦਿੱਤੀ ਹੋਈ ਹੈ ਕੁਲਦੀਪ ਸਿੰਘ ਸ਼ੇਰਗਿਲ ਮਰਖਾਈ ਵੱਲੋਂ ਸਾਰੇ ਕਿਸਾਨ ਸਾਥੀਆਂ ਨੂੰ ਸਤਿ ਸ਼੍ਰੀ ਅਕਾਲ ਜੇ ਨਵੇਂ ਹੋ ਤਾਂ ਆਪਣਾ YouTube ਚੈਨਲ ਮੇਰੀ ਖੇਤੀ ਮੇਰਾ ਕਿਸਾਨ ਲਾਲਬੜਨ ਨਵਕੇ ਸਬਸਕ੍ਰਾਈਬ ਕਰ ਸਕਦੇ ਆ ਪਹਿਲਾਂ ਪਹਿਚਾਨ ਦੇਖ ਲਓ ਜਿਵੇਂ ਆ ਬੂਟਾ ਤੁਸੀਂ ਦੇਖ ਰਹੇ ਹੋ ਪੱਤੇ ਜੇ ਗਲਣੇ ਸ਼ੁਰੂ ਹੋ ਗਏ ਐ ਤੇ ਪੱਤੇ ਦੇ ਜਿਹੜਾ ੱੱਬੇ ਪਏ ਐ ਇਹ ੱੱਬੇ ਇੱਕ ਤੋਂ 3 ਸੈਂਟੀਮੀਟਰ ਲੰਮੇ ਐ ਬੇਟਵੀਆਂ ਧਾਰੀਆਂ ਐ ਤੇ ਇਹਦੇ ਜਿਹੜੇ ਕਿਨਾਰੇ ਹੈਗੇ ਐ ਉਹ ਪੂਰੇ ਐ ਵਿਚਾਲਿਓ ਸਲੇਟੀ ਨੀਲੀ ਭਾ ਮਾਰਦਾ ਹੈ ਸਲੇਟੀ ਗ੍ਰੀਨਿਸ਼ ਬਰਾਊਨ ਇਹ ਤੁਹਾਨੂੰ ਨੀਲਾਪਨ ਤੇ ਸਲੇਟੀਪਨ ਜਾਂ ਦਿਖਾਈ ਦੇ ਰਿਹਾ ਹੈ ਪਾਣੀ ਭਿੱਜੇ ਤੱਬੇ ਹੈ ਇਹ ਨਾਲ ਆ ਗੋਲ-ਗੋਲ ਗੰਡਾਂ ਜੀਆਂ ਵੀ ਦਿਖਾਈ ਦਿੰਦੀਆਂ ਹੈ ਇਹ ਤੱਬੇ ਵੱਧਦੇ ਹੋਏ ਪੂਰੇ ਪੱਤੇ ਤੇ ਫੈਲ ਜਾਂਦੇ ਆ ਤੇ ਸ਼ੀਥ ਨੂੰ ਤੋੜ ਦਿੰਦੇ ਆ ਪੱਤੀ ਪੂਰੀ ਦੀ ਪੂਰੀ ਸੁੱਕ ਜਾਂਦੀ ਹੈ ਪਹਿਚਾਨ ਆ ਗਈ ਸਭ ਤੋਂ ਵੱਡੀ ਗੱਲ ਕਿ ਦੂਰੋਂ ਦੇਖਣ ਤੇ ਤਣਾਇਂ ਲੱਗਦਾ ਜਿਵੇਂ ਕਾਡੀਆਂ ਵਾਲੇ ਸੱਪ ਹੁੰਦਾ ਹੈ। ਨੁਕਸਾਨ ਇਹ ਬਿਮਾਰੀ ਕਰਦੀ ਹੈ 25 ਤੋਂ 30% ਤੱਕ ਛਾੜਦਾ ਨੁਕਸਾਨ ਕਰਦੀ ਹੈ, ਬੂਟਾ ਕਮਜ਼ੋਰ ਕਰਦੀ ਹੈ। ਇਸ ਤੋਂ ਬਾਅਦ ਜੋ ਹੋਰ ਬਿਮਾਰੀਆਂ ਵੀ ਹਮਲਾ ਕਰਦੀਆਂ। ਬਿਮਾਰੀਆਂ ਤੋਂ ਬਚਣ ਵਾਸਤੇ ਖੇਤ ਦੇ ਵਿੱਚ ਪੋਟਾਸ਼ ਦਿਆ ਕਰੋ। ਤੇ ਦੂਸਰੀ ਗੱਲ ਇਹ ਹੈਗੀ ਕਿ ਦਵਾਈਆਂ ਦੀ ਮੈਂ ਸ਼ੁਰੂਆਤ ਕਰਾਂ ਉਸ ਤੋਂ ਪਹਿਲਾਂ ਇੱਕ ਚੀਜ਼ ਨੋਟ ਕਰੋ। ਭਈ ਮੈਂ ਤੁਹਾਨੂੰ ਇਹ ਕਹਤਾ ਕਿ ਆ ਦਵਾਈ ਯੂਨੀਵਰਸਿਟੀ 200 ml ਰਿਕਮੈਂਡ ਕਰਦੀ ਇਹਨੂੰ 300 ਪਾ ਲਓ ਤਾਂ ਤੁਸੀਂ ਬੇਚਿੱਜ ਇੱਕ 200 ਦੀ ਜਗ੍ਹਾ 300 ml ਦਵਾਈ ਪਾਉਣ ਲਈ ਤਿਆਰ ਹੋ ਜਾਂਨੇ ਹੋ ਭਾਵੇਂ ਤੁਹਾਡਾ 500 ਰੁਪਇਆ ਵੱਧ ਲੱਗ ਜੇ ਪਰੰਤੂ ਇੱਕ ਚੀਜ਼ ਤੁਹਾਡੇ ਕੋਲੇ ਫ੍ਰੀ ਐ ਪਾਣੀ ਟੈਂਕੀ ਦਾ ਵੀ 20-25 ਰੁਪਏ ਲੇਬਰ ਲੈਂਦੀ ਐ ਤਾਂ ਪਾਣੀ ਵਧਾਓ ਦਵਾਈ ਕਰੋਗੇ ਬਿਮਾਰੀ 10 ਦਿਨਾਂ 'ਤੇ ਰੁਕੂਗੀ 10 ਦਿਨ ਬਾਅਦ ਦੁਬਾਰਾ ਫੇਰ ਆਊਗੀ ਦਵਾਈ ਮਾੜੀ ਨਹੀਂ ਪਾਣੀ ਘਟ ਲਾਇਆ ਹੈ ਪਾਣੀ ਜਿਹੜਾ ਹੈਗਾ 150 ਤੋਂ 200 ਲੀਟਰ ਲਾਓ ਤਾਂ ਹੀ ਬਿਮਾਰੀ ਕੰਟਰੋਲ ਹੋਏਗੀ ਦਵਾਈ ਵਧਾਉਣ ਨਾਲ ਕੋਈ ਫਰਕ ਨਹੀਂ ਪੈਣਾ ਫੁਹਾਰਾ ਮੁੱਢਾਂ ਵਾਲੇ ਪਾਸੇ ਕਰਕੇ ਮਾਰਨਾ ਹੈ ਠੀਕ ਹੈ ਸਭ ਤੋਂ ਧਿਆਨ ਦੇਣ ਵਾਲੀ ਗੱਲ ਇਹ ਹੈਗੀ ਹੈ ਕਿ ਇਸ ਬਿਮਾਰੀ ਤੇ ਜੋ ਸਾਡਾ ਪਿਛਲੇ ਸਾਲਾਂ ਦਾ ਤਜਰਬਾ ਹੈ ਕਿ ਜਦੋਂ ਅਸੀਂ ਕੋਈ ਵੀ ਇੱਕ ਟੈਕਨੀਕਲ ਕਰਦੇ ਹਾਂ ਤਾਂ ਉਹਦਾ ਕੋਈ ਬੈਟਰ ਰਿਜ਼ਲਟ ਨਹੀਂ ਆਉਂਦਾ ਬਾਜ਼ਾਰ ਦੇ ਵਿੱਚ ਬਹੁਤ ਸਾਰੇ ਮਿਸ਼ਰਣ ਆਉਂਦੇ ਆ ਦੋ ਦੋ ਟੈਕਨੀਕਲ ਰਲੇ ਹੋਏ ਉਹਨਾਂ ਦੇ ਵਿੱਚੋਂ ਤੁਸੀਂ ਕੋਈ ਵੀ ਟੈਕਨੀਕਲ ਲੈ ਕੇ ਸਪਰੇਅ ਕਰ ਸਕਦੇ ਹੋ ਕੁਝ ਟੈਕਨੀਕਲ ਮੈਂ ਇੱਥੇ ਦੱਸਣ ਜਾ ਰਿਹਾ ਜੇ ਸ਼ੁਰੂਆਤੀ ਹੈ ਸ਼ੁਰੂਆਤ ਕਿੱਥੋਂ ਹੋਊਗੀ ਵੱਟਾਂ ਦੇ ਨਾਲੋਂ ਕੋਡੀਆਂ ਵਾਲੇ ਸਾਪਾ ਫੋਟੋ ਦੇਖਦੇ ਰਹੋ ਤੁਹਾਨੂੰ ਸਾਰੀ ਪਛਾਣ ਹੋ ਜਾਏਗੀ ਤਾਂ ਵੈਲਡਾ ਮਾਈਸੀਨ ਤੇ ਹੈਕਜ਼ਾ ਕੋਨਾ ਜੋਲ ਦਾ ਮਿਸ਼ਰਣ ਆਉਂਦਾ ਹੈ ਓਕੇ ਦੇ ਸਪਰੇਅ ਕਰ ਸਕਦੇ ਹਾਂ ਜਾਂ ਕਿਸਾਨ 300 ਗ੍ਰਾਮ ਵਿਲਡਾਮਾਈਸੀਨ ਤੇ 300 ਹੀ ਹੈਕਜ਼ਾਕੋਨਾਜੋਲ ਐਮ ਐਲ ਹੁੰਦੇ ਐ ਮਿਲਾ ਕੇ ਸਪਰੇਅ ਕਰ ਰਹੇ ਐ ਰਿਜ਼ਲਟ ਚੰਗੇ ਆਏ ਐ ਕੁਝ ਕਿਸਾਨਾਂ ਨੇ ਪਹਿਲੇ ਦਿਨਾਂ ਚ ਸਪਰੇਅ ਕੀਤੀ ਐ ਦੋ ਦਵਾਈਆਂ ਜਨੇਬ ਪਲੱਸ ਹੈਕਜ਼ਾਕੋਨਾਜੋਲ ਕੈਪਟਨ ਪਲੱਸ ਹੈਕਜ਼ਾਕੋਨਾਜੋਲ ਦੋਵਾਂ ਦੇ ਰਿਜ਼ਲਟ ਚੰਗੇ ਐ ਨਾਲ ਨਾਲ ਪੂਰੇ ਥੱਬੇ ਜਨੇਬ ਦੇ ਨਾਲ ਰੁਕਦੇ ਐ ਸ਼ੀਥ ਰੌਟ ਵੀ ਕਾਫੀ ਹੱਦ ਤੱਕ ਇਹਨਾਂ ਦੋਵਾਂ ਨਾਲ ਕੰਟਰੋਲ ਹੁੰਦੀ ਹੈ ਜਿਹੜਾ ਕਾਲਾ ਧੂੜਾ ਜਾਂ ਬਣਦਾ ਉਹ ਵੀ ਕੰਟਰੋਲ ਹੁੰਦਾ ਤੇ ਜੇ ਨੇਪਲਸ ਐਕਜ਼ਾਕੋਨਾਜੋਲ 4 2 ਕਿੱਲਿਆਂ ਦੇ ਵਿੱਚ ਕਿਲੋ ਤੇ ਕੈਪਟਨ ਪਲਸ ਐਕਜ਼ਾਕੋਨਾਜੋਲ ਦੀ ਡੋਜ਼ ਵਧਾ ਕੇ ਪਾਉਣੀ ਪਵੇਗੀ ਘੱਟ ਡੋਜ਼ ਤੇ ਇਹਨੇ ਰਿਜ਼ਲਟ ਨਹੀਂ ਦਿੱਤੇ ਇੱਕ ਬਾਜ਼ਾਰ ਦੇ ਵਿੱਚ ਸਾਲਟ ਆਉਂਦਾ ਐਜੌਕਸੀ ਸਟ੍ਰੋਬਿਨ ਐਜੌਕਸੀ ਸਟ੍ਰੋਬਿਨ ਦੇ ਸ਼ੀਥ ਬਲਾਈਟ ਦੇ ਉੱਤੇ ਬਹੁਤ ਸੋਹਣੇ ਰਿਜ਼ਲਟ ਹੈ ਜੋਕਸੀਸਟ੍ਰੋਬਿਨ ਤੁਸੀਂ ਕਰ ਸਕਦੇ ਹੋ ਇਹ ਇੱਕ ਮੈਨਕੋ ਜੇ ਪਲੱਸ ਜੋਕਸੀਸਟ੍ਰੋਬਿਨ ਆਉਂਦਾ ਬਾਜ਼ਾਰ ਦੇ ਵਿੱਚ ਮੈਨਕੋ ਜੇਪ ਤੇ ਜੋਕਸੀਸਟ੍ਰੋਬਿਨ ਇਹਦੇ ਰਿਜ਼ਲਟ ਵੀ ਵਧੀਆ ਹੈ ਇਹਦਾ ਸਪਰੇਅ ਅਸੀਂ ਕਰ ਸਕਦੇ ਹਾਂ ਸਾਰਿਆਂ ਦੀ ਮਨਪਸੰਦ ਇੱਕ ਦਵਾਈ ਹੈ ਹਰ ਇੱਕ ਦੇ ਮੂੰਹ ਦੇ ਉੱਪਰ ਨਾਮ ਚੜਿਆ ਹੋਇਆ ਹੈ ਜੋਕਸੀਸਟ੍ਰੋਬਿਨ ਪਲੱਸ ਡਾਈਫੈਨੋਕੋਨਾਜ਼ੋਲ ਇਹ ਜੋਕਸੀਸਟ੍ਰੋਬਿਨ ਪਲੱਸ ਡਾਈਫੈਨੋਕੋਨਾਜ਼ੋਲ 5 ਕਿੱਲਿਆਂ ਦੇ ਵਿੱਚ ਲੀਟਰ ਯੂਨੀਵਰਸਿਟੀ ਰਿਕਮੈਂਡ ਕਰਦੀ ਹੈ ਇਹਦੇ ਰਿਜ਼ਲਟ ਵਧੀਆ ਹੈ ਇੱਕ ਅਜੋਕਸੀ ਸਟ੍ਰੋਬਿਨ ਦੇ ਨਾਲ ਟੈਬੋਕੋਨਾਜ਼ੋਲ ਦਾ ਮਿਸ਼ਨ ਬਾਜ਼ਾਰ ਚ ਆਉਂਦਾ ਹੈ ਰਿਜ਼ਲਟ ਚੰਗੇ ਹੈ ਇਸ ਤੋਂ ਬਿਨਾ ਬਾਜ਼ਾਰ ਦੇ ਵਿੱਚ ਟੈਬੋਕੋਨਾਜ਼ੋਲ ਇਕੱਲਾ ਵੀ ਆਉਂਦਾ ਹੈ ਤੇ ਟ੍ਰੈਬੋਕੋਨਾਜ਼ੋਲ ਦਾ ਮਿਸ਼ਰਣ ਵੀ ਆਉਂਦਾ ਟ੍ਰੈਬੋਕੋਨਾਜ਼ੋਲ ਤੇ ਟਰਾਈਫਲੋਕਸੀ ਸਟ੍ਰੋਬਿਨ ਇਹ 80 ਗ੍ਰਾਮ ਪੈਂਦਾ ਕਿੱਲੇ ਦਾ ਰਿਜ਼ਲਟ ਇਹਦੇ ਵੀ ਵਧੀਆ ਹੈ ਇੱਕ ਪੈਂਸਾਈਕੂਰੋਨ ਪੈਂਸਾਈਕੂਰੋਨ ਪਾਈਆ ਕਿੱਲੇ ਦੀ ਪੈਂਦੀ ਹੈ ਇਹ ਸਾਲਟ ਦਾ ਨਾਮ ਇੱਥੇ ਲਿਖਿਆ ਹੋਇਆ ਹੈ ਇਹਦੇ ਰਿਜ਼ਲਟ ਵੀ ਚੰਗੇ ਬਾਜ਼ਾਰ ਦੇ ਵਿੱਚ ਆਉਂਦੇ ਆ ਪਿਕੌਕਸੀ ਸਟ੍ਰੋਬਿਨ ਸਾਲਟ ਇਕੱਲਾ ਵੀ ਬਾਜ਼ਾਰ 'ਚ ਮਿਲਦਾ ਇਹਦੇ ਰਿਜ਼ਲਟ ਵੀ ਠੀਕ ਹੈ ਆ ਇਹ ਦਵਾਈਆਂ ਇਹਨਾਂ ਦੇ ਵਿੱਚੋਂ ਜਿਹੜੀ ਵੀ ਕੋਈ ਦਵਾਈ ਤੁਹਾਨੂੰ ਸਸਤੀ ਮਿਲਦੀ ਹੈ इजीली ਮਿਲਦੀ ਹੈ ਜਿਹੜੀ ਵੀ ਕੰਪਨੀ ਦੀ ਮਿਲਦੀ ਹੈ ਉਹ ਲੈ ਕੇ ਤੁਸੀਂ ਸਪਰੇਅ ਕਰ ਸਕਦੇ ਹੋ ਕਿਉਂਕਿ ਅਲੱਗ-ਅਲੱਗ ਕੰਪਨੀਆਂ ਦੇ ਅਲੱਗ-ਅਲੱਗ ਬ੍ਰਾਂਡ ਆਉਂਦੇ ਆ ਦੁਬਾਰਾ ਫਿਰ ਵੈਲਡਾਮਾਈਸੀਨ ਤੇ ਹੈਕਜ਼ਾਕੋਨਾਜ਼ੋਲ ਕੈਪਟਨ ਪਲੱਸ ਹੈਕਜ਼ਾਕੋਨਾਜ਼ੋਲ ਡੋਜ਼ ਵਧਾ ਕੇ ਜੈਨੈਬ ਪਲੱਸ ਹੈਕਜ਼ਾਕੋਨਾਜ਼ੋਲ ਐਜੋਕਸੀ ਸਟ੍ਰੋਬਿਨ ਟੈਬੂਕੋਨਾਜ਼ੋਲ ਪਲੱਸ ਐਜੋਕਸੀ ਸਟ੍ਰੋਬਿਨ ਆਕਸੀਸਟ੍ਰੋਬਿਨ ਪਲੱਸ ਡਾਈਫੈਨੋਕੋਨਾਜ਼ੋਲ ਐਪੀਕੌਕਸੀਸਟ੍ਰੋਬਿਨ ਟੈਬੋਕੋਨਾਜ਼ੋਲ ਪਲੱਸ ਟਰਾਈਫਲੋਕਸੀਸਟ੍ਰੋਬਿਨ ਪੈਂਸਾਈਕੂਰੋਨ ਤੇ ਮੈਨਕੋਜ਼ੇ ਪਲੱਸ ਆਕਸੀਸਟ੍ਰੋਬਿਨ ਦਵਾਈਆਂ 8-10 ਹੈਗੀਆਂ ਜਿਹੜੀ ਵੀ ਕੋਈ ਤੁਹਾਨੂੰ ਚੰਗੀ ਲੱਗਦੀ ਹੈ ਸਪਰੇਅ ਕਰ ਸਕਦੇ ਹੋ ਪਰ ਇੱਕ ਚੀਜ਼ ਦਾ ਧਿਆਨ ਰੱਖਿਓ ਜੋ ਪਾਣੀ 150 ਤੋਂ 200 ਲੀਟਰ ਫਵਾਰੇ ਦੀ ਨੋਜ਼ਲ ਮੁੱਢਾਂ ਵਾਲੇ ਪਾਸੇ ਨੂੰ ਤੇ ਸਭ ਤੋਂ ਵੱਡੀ ਗੱਲ ਕਿ ਵੀਡੀਓ ਪਾਉਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਬਿਮਾਰੀ ਹਰ ਇੱਕ ਖੇਤ ਦੇ ਵਿੱਚ ਆ ਗਈ ਹੈ ਪਹਿਲਾਂ ਆਪਦੇ ਖੇਤ ਦੇ ਵਿੱਚ ਲੱਛਣ ਦੇਖੋ ਜੇ ਖੇਤ ਦੇ ਵਿੱਚ ਲੱਛਣ ਆਏ ਹੈ ਤਾਂ ਹੀ ਸਪਰੇਅ ਕਰਿਓ ਇਹ ਨਹੀਂ ਕਿ ਵੀ ਵੈਸੇ ਹੀ ਕਰ ਦੇਣੀ ਹੈ ਤੇ ਹੁਣ ਕਈ ਕਿਸਾਨ ਵੀ ਇਹ ਕਰਨਗੇ ਕਿ ਚਲ ਆ ਗਿਆ ਤੇ ਵਿੱਚ ਆ ਨਿੱਕੀ ਮੋਟੀ ਜੀ ਦਵਾਈ ਵੀ ਪਾ ਲਈਏ ਇਹ ਜਿਹੜੀ ਹੈਗੀ ਫਲਾਣੇ ਨੂੰ ਮਾਰ ਦੂਗੀ ਫਲਾਣੇ ਨੂੰ ਮਾਰ ਦੇਗੀ ਨਹੀਂ ਜਿਹੜੀ ਚੀਜ਼ ਹੈਗੀ ਹੈ ਉਹੀ ਕਰੋ ਐਵੇਂ ਸੰਥੈਟਿਕ ਦਵਾਈਆਂ ਚੱਕ ਕੇ ਨਾ ਵਿੱਚ ਪਾਲਿਓ ਜੋ ਮੁੜ ਕੇ ਤੇਲਾ ਨਹੀਂ ਕੰਟਰੋਲ ਹੋਣਾ ਤੇ ਤੇਲੇ ਵਾਲੀਆਂ ਅਧੀਆਂ ਦਵਾਈਆਂ ਬੈਨ ਹੋ ਚੁੱਕੀਆਂ ਐ ਇਸ ਕਰਕੇ ਤੇਲੇ ਤੋਂ ਬਚਤ ਹੀ ਰੱਖਿਓ ਜੋ ਸੰਥੈਟਿਕ ਦਵਾਈਆਂ ਐਵੇਂ ਹੀ ਨਹੀਂ ਪਾ ਲੈਣੀਆਂ ਕਿ ਸਪਰੇਅ ਕਰਨ ਚੱਲਿਆਂ ਤੇ ਹੁਣ ਆ ਵੀ ਪਾਲਾਂ ਤੇ ਆ ਵੀ ਪਾਲਾਂ ਤੇ ਆ ਵੀ ਪਾਲਾਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਓ ਜੋ ਖੇਤ ਨੂੰ ਹਵਾ ਲਵਾ ਕੇ ਪਾਣੀ ਲਵਾਇਓ ਜੋ ਤੇ ਜਿਵੇਂ ਇਹ ਬਿਮਾਰੀ ਖਤਮ ਹੋਣੀ ਸ਼ੁਰੂ ਹੋਏਗੀ ਇਹ ਪਾਣੀ ਭਿੱਜੇ ਨਿਸ਼ਾਨ ਸੁੱਕਨੇ ਸ਼ੁਰੂ ਹੋ ਜਾਣਗੇ ਸਲੇਟੀ ਰੰਗ ਜਿਹੜਾ ਹੈਗਾ ਉਹ ਗਾਇਬ ਹੋਣਾ ਸ਼ੁਰੂ ਹੋ ਜਾਏਗਾ ਤੇ ਤੁਹਾਡਾ ਬੂਟਾ ਦੁਬਾਰਾ ਤੋਂ ਹਰੀ ਭਰ ਦੇਣੀ ਸ਼ੁਰੂ ਕਰ ਦੇਵੇਗਾ ਉਮੀਦ ਕਰਦਾ ਹਾਂ ਕਿ ਇਹ ਜਾਣਕਾਰੀ ਤੁਹਾਡੇ ਲਈ ਲਾਹੇਵੰਦ ਸਾਬਤ ਹੋਏਗੀ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ